ਇੱਕ ਬਜ਼ੁਰਗ ਦਾ ਕਾਤਲਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਜਦੋਂ ਬਜ਼ੁਰਗ ਸਵੇਰੇ ਸਵੇਰੇ ਸੈਰ ਕਰਨ ਨਿਕਲੇ ਸਨ ਪਰ ਕਾਤਲਾਂ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਘੇਰ ਲਿਆ ਤੇ ਤੇਜ਼ ਧਾਰ ਹਥਿਆਰਾਂ ਨਾਲ ਉਹਨਾਂ ਦਾ ਕਤਲ ਕਰ ਦਿੱਤਾ। ਇਹ ਮਾਮਲਾ ਜ਼ਿਲ੍ਹਾ ਜਲੰਧਰ ਤੇ ਪਿੰਡ ਲਖਨਪਾਲ ਤੋਂ ਸਾਹਮਣੇ ਆਇਆ ਹੈ। ਦੱਸਣਾ ਬਣਦਾ ਹੈ ਕਿ ਜਿਸ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ਉਹ ਨਸ਼ਾ ਵਿਰੋਧੀ ਫਰੰਟ ਦੇ ਮੈਂਬਰ ਸਨ। ਇਸ ਤੋਂ ਪਹਿਲਾਂ ਵੀ ਇੱਕ ਹੋਰ ਮੈਂਬਰ ਦਾ ਇਸੇ ਤਰ੍ਹਾਂ ਕਤਲ ਕੀਤਾ ਗਿਆ ਸੀ ਅਤੇ ਹੁਣ ਇਹ ਦੂਜਾ ਮਾਮਲਾ ਸਾਹਮਣੇ ਆਇਆ ਜਦੋਂ ਨਸ਼ਾ ਵਿਰੋਧੀ ਫਰੰਟ ਦੇ ਇਸ ਦੂਜੇ ਮੈਂਬਰ ਦਾ ਵੀ ਕਾਤਲਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਇਹ ਮਾਮਲਾ ਜ਼ਿਲ੍ਹਾ ਜਲੰਧਰ ਦੇ ਪਿੰਡ ਲਖਨਪਾਲ ਤੋਂ ਸਾਹਮਣੇ ਆਇਆ। ਇਹ ਸਾਡੇ ਜਿਹੜੇ ਗੁਰਮੇਜ ਰਾਮ ਜੀ ਜਿਹੜੇ ਪਿੰਡ ਦੇ ਸਾਬਕਾ ਸਰਪੰਚ ਆ ਔਰ ਜਿਹੜਾ ਸਾਡਾ ਨਸ਼ਾ ਵਿਰੋਧੀ ਫਰੰਟ ਆ ਉਹਦੇ ਇੱਕ ਮੈਂਬਰ ਸੀਗੇ ਔਰ ਬੜੇ ਦੁੱਖ ਨਾਲੇ ਗੱਲ ਕਹਿਣੀ ਪੈ ਰਹੀ ਆ ਕਿ ਅੱਜ ਇਹ ਦੂਸਰਾ ਕਤਲ ਹੋਇਆ ਆ। ਪਹਿਲਾਂ ਵੀ ਸਾਡਾ ਨਸ਼ਾ ਵਿਰੋਧੀ ਫਰੰਟ ਦਾ ਜਿਹੜਾ ਆ ਸਾਥੀ ਜਿਹੜਾ ਆ ਇੱਕ ਕਤਲ ਹੋਇਆ ਸੀਗਾ, ਅੱਜ ਇਹ ਦੂਸਰਾ ਜਿਹੜਾ ਆ ਕਤਲ ਜਿਹੜਾ ਆ ਨਸ਼ਾ ਵਿਰੋਧੀ ਫਰੰਟ ਦੇ ਸਾਡੇ ਮੈਂਬਰ ਦਾ ਹੋਇਆ ਆ ਔਰ ਅਸੀਂ ਉੱਚ ਅਧਿਕਾਰੀਆਂ ਕੋਲੋਂ ਜਿੱਥੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਹਾਂ ਅਤੇ ਨਾਲ ਹੀ ਅਸੀਂ ਇਸ ਗੱਲ ਦੀ ਵੀ ਮੰਗ ਕਰਦੇ ਹਾਂ ਕਿ ਇਹ ਜਿਹੜਾ ਪਰਿਵਾਰ ਆ ਇਹ ਆਰਥਿਕ ਤੌਰ ਦੇ ਉੱਤੇ ਬੜਾ ਪਛੜਿਆ ਪਰਿਵਾਰ ਆ। ਅਸੀਂ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੀ ਜਿਵੇਂ ਪਹਿਲਾਂ ਸਾਡੇ ਸਾਥੀ ਦਾ ਕਤਲ ਹੋਇਆ ਸੀ, ADC ਸਾਹਿਬ ਆਣ ਕੇ ਇੱਥੇ 5 ਲੱਖ ਰੁਪਏ ਦੀ ਜਿਹੜੀ ਆ ਗ੍ਰਾਂਟ ਦੇ ਕੇ ਗਏ ਸੀ, ਕਿਉਂਕਿ ਇਹ ਜਿਹੜਾ ਕਤਲ ਆ ਇਹ ਵੀ ਜਿਹੜਾ ਨਸ਼ਾ ਵਿਰੋਧੀ ਫਰੰਟ ਦੇ ਸਾਡੇ ਮੈਂਬਰ ਦਾ ਕਤਲ ਹੋਇਆ ਆ ਜਿਹੜਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ। ਇਹਦੇ ਲਈ ਅਸੀਂ ਚਾਹੁੰਦੇ ਹਾਂ ਉਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਔਰ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਪਿੰਡ ਦੇ ਵਿੱਚ ਇਹ ਜਿਹੜੇ ਲੋਕ ਜਿਹੜੇ ਆ ਨਸ਼ਾ ਵੇਚਦੇ ਆ ਜਾਂ ਉਹਨਾਂ ਨੂੰ ਜਿਹੜੀ ਆ ਉਹਨਾਂ ਦਾ ਪ੍ਰਬੰਧ ਕਰਦੇ ਆ ਰਹਿਣ ਦਾ ਜਾਂ ਉਹਨਾਂ ਦੀ ਮਦਦ ਕਰਦੇ ਆ ਉਹਨਾਂ ਦੇ ਵੀ ਅਸੀਂ ਚਾਹੁੰਦੇ ਹਾਂ ਵੀ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਅੱਜ ਨਸ਼ਾ ਵਿਰੋਧੀ ਫਰੰਟ ਵੱਲੋਂ ਅਸੀਂ ਜਿਹੜੇ ਆ ਸਖ਼ਤ ਸ਼ਬਦਾਂ ਨਾਲ ਨਿੰਦਾ ਵੀ ਕਰਦੇ ਹਾਂ ਔਰ ਮੰਗ ਵੀ ਕਰਦੇ ਹਾਂ ਕਿ ਜਿਹੜੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣ। ਕਾਂਗਰਸ ਸਾਹਿਬ ਜਿਹੜਾ ਪਹਿਲਾ ਕਤਲ ਹੋਇਆ ਹੈ ਰਾਮ ਗੋਪਾਲ ਜੀ ਨਾਲ, ਉਹਨਾਂ ਦੇ ਜਿੰਨੇ ਕਾਤਲ ਸੀਗੇ ਸਾਰੇ ਫੜ ਚੁੱਕੇ ਨੇ? ਜਿਹੜੇ ਪਹਿਲਾਂ 20 ਰਾਮ ਗੋਪਾਲ ਜੀ ਦਾ ਕਤਲ ਹੋਇਆ ਸੀ ਉਹਦੇ ਵਿੱਚੋਂ 20 ਅਜੇ ਪੂਰੇ ਜਿਹੜੇ ਬੰਦੇ ਆ ਜਿਹੜੇ FIR ਦੇ ਵਿੱਚ 22 ਨੇਮ ਦਰਜ ਆ ਉਹ ਸਾਰੇ ਅਜੇ ਫੜ ਨਹੀਂ ਹੋਏ। ਇਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪਹਿਲਾਂ 20 ਮਰਡਰ ਦੇ ਵਿੱਚ ਜਿਹੜੇ ਸ਼ਾਮਲ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਅਤੇ ਜਿਹੜਾ ਦੂਜਾ ਇਹ ਮਰਡਰ ਹੋਇਆ ਆ ਇਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਜਿਹੜੀ ਆ ਹੋਰ ਨਾ ਵਾਪਰ ਸਕੇ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਦੀ ਇਹ ਜਿਹੜੀ ਗਸ਼ਤ ਹੈ ਘੱਟ ਹੈ ਜਾਂ ਪੁਲਿਸ ਪ੍ਰਸ਼ਾਸਨ ਦੀ ਕੋਈ ਕਮੀ ਹੈ? ਦੇਖੋ ਜੀ, ਜਿਵੇਂ ਪਿੰਡ ਦੇ ਲੋਕ ਦੱਸਦੇ ਆ ਕਿ ਸਕੂਟਰ ਮੋਟਰਾਂ ਸਾਈਕਲਾਂ ਦੇ ਉੱਤੇ ਰਾਤ ਨੂੰ 12-12 ਵਜੇ ਤੱਕ ਲੋਕ ਆਉਂਦੇ ਆ ਜਾਂਦੇ ਆ, ਉਹ ਹੁਣ ਆਪਣੇ ਪਿੰਡ ਦੇ ਵਿੱਚ ਜਾਂ ਘਰ ਦੇ ਵਿੱਚ ਰਹਿ ਕੇ ਨਹੀਂ, ਉਹ ਬਾਹਰ ਰਹਿ ਕੇ ਵੀ ਜਿਹੜਾ ਆ ਉਹ ਕੰਮ ਜਿਹੜਾ ਆ ਉਹਨਾਂ ਦਾ ਲਗਾਤਾਰ ਜਿਹੜਾ ਉਹ ਜਾਰੀ ਆ। ਕੱਲ੍ਹ ਸ਼ਾਮ ਲਖਨਪਾਲ ਤੋਂ ਪੰਡੋਰੀ ਨੂੰ ਕੱਚਾ ਇੱਕ ਰਸਤਾ ਜਾਂਦਾ, ਉੱਥੇ ਗੁਰਮੇਲ ਰਾਮ ਨਾਂ ਦੇ ਬਜ਼ੁਰਗ ਸੈਰ ਕਰਨ ਜਾਣ ਡਏ ਸੀਗੇ ਅਤੇ ਉਹਨਾਂ ਨੂੰ ਕਿਸੇ ਅਣਪਛਾਤੇ ਬੰਦਿਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਸੱਟਾਂ ਮਾਰਤੀਆਂ ਜਿਹਦੇ ਨਾਲ ਉਹਨਾਂ ਦੀ ਡੈਥ ਹੋ ਗਈ। ਅਤੇ ਕਿਹੜੀ ਧਾਰਾ ਨਾਲ? 144 ਨੰਬਰ ਪਰਚਾ 302 ਅੰਕ ਸੈਕਸ਼ਨ ਦੇ ਤਹਿਤ ਦਰਜ ਕਰ ਲਿਆ ਨਾਮਲੂਮ ਵਿਅਕਤੀਆਂ ਦੇ ਖਿਲਾਫ਼ ਅਤੇ ਟੀਮਾਂ ਲੱਗੀਆਂ ਸਾਰੇ ਪਾਸੇ, ਜਿੱਦਾਂ ਕੋਈ ਆਉਟਪੁੱਟ ਆਉਂਦੀ ਉਹਦੇ ਮੁਤਾਬਕ ਕਰ ਲਿਆ।